ਅਰੇ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ। ਅੱਜ ਅਸੀਂ ਕਸਟਰਡ ਬਣਾਉਣਾ। ਕਸਟਰਡ ਦੇ ਲਈ ਅਸੀਂ 1.5 ਲੀਟਰ ਦੁੱਧ ਲਿਆ, ਇਸ ਨੂੰ ਅਸੀਂ ਪੈਨ ਦੇ ਵਿੱਚ ਪਾ ਕੇ ਚੁੱਲ੍ਹੇ ਦੇ ਉੱਤੇ ਗਰਮ ਕਰਨ ਲਈ ਰੱਖਤਾ, ਕਿਉਂਕਿ ਇਹ ਅਸੀਂ ਜਿਹੜਾ ਕਸਟਰਡ ਬਣਾਉਣਾ ਇਹਦੇ ਵਿੱਚ ਅਸੀਂ ਬਦਾਮ ਵੀ ਐਡ ਕਰਨੇ ਨੇ, ਕਿਉਂਕਿ ਬਦਾਮ ਜਦੋਂ ਤੁਸੀਂ ਦੁੱਧ ਪਾ ਲਿਆ ਉਸੇ ਟਾਈਮ ਬਦਾਮ ਪਾ ਲਓ ਵਿੱਚ, ਬਿਲਕੁਲ ਗ੍ਰਾਇੰਡ ਕਰਕੇ ਬਰੀਕ। ਇਹਦੇ ਨਾਲ ਦੁੱਧ ਬਹੁਤ ਗਾੜਾ ਹੋ ਜਾਂਦਾ ਅਤੇ ਕਸਟਰਡ ਬਹੁਤ ਵਧੀਆ ਲੱਗਦਾ। ਅਤੇ ਹੁਣ ਤੁਸੀਂ ਇਹਨੂੰ ਹੌਲੀ ਹੌਲੀ ਚਲਾਈ ਚੱਲੋ, ਅਤੇ ਜਦੋਂ ਇਹ ਉੱਬਣ ਲੱਗੂਗਾ ਇਹਦੇ ਵਿੱਚ ਉਦੋਂ ਆਪਾਂ ਨੇ ਕਸਟਰਡ ਪਾਉਣਾ। ਹੁਣ ਜੇ ਆਪਣੇ ਦੁੱਧ ਨੂੰ ਉਬਾਲਾ ਆ ਗਿਆ, ਹੁਣ ਤੁਸੀਂ ਇਸਦੇ ਵਿੱਚ ਚੀਨੀ ਐਡ ਕਰਕੇ ਲਾਓ। ਜਦੋਂ ਤੁਹਾਡੀ ਚੀਨੀ ਖੁਰ ਜਾਂਦੀ ਹੈ ਚੰਗੀ ਤਰ੍ਹਾਂ, ਫਿਰ ਤੁਸੀਂ 3 ਜਾਂ 4 ਚਮਚ ਕਸਟਰਡ ਦੇ ਲੈ ਕੇ ਠੰਡੇ ਦੁੱਧ ਦੇ ਵਿੱਚ ਘੋਲਣੇ ਨੇ। ਠੰਡੇ ਦੁੱਧ ਵਿੱਚ ਇਹ ਇਸ ਲਈ ਘੋਲਣੇ ਨੇ ਕਿਉਂਕਿ ਜੇਕਰ ਤੁਸੀਂ ਗਰਮ ਦੁੱਧ ਵਿੱਚ ਇਹ ਘੋਲ ਦਿੰਦੇ ਹੋ ਤਾਂ ਇਹਦੇ ਗੱਠਾਂ ਬਣ ਜਾਂਦੀਆਂ ਨੇ। ਠੰਡੇ ਦੁੱਧ ਵਿੱਚ ਘੋਲ ਕੇ ਇਹ ਬੜਾ ਵਧੀਆ ਘੋਲਦਾ। ਹਾਂਜੀ, ਹੁਣ ਇਹ ਤੁਹਾਡਾ ਘੁਲ ਚੁੱਕਿਆ, ਦੁੱਧ ਨੂੰ ਉਬਾਲੀ ਆ ਚੁੱਕੀ ਆ, ਅਤੇ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਪਾ ਕੇ ਤੁਸੀਂ ਹੌਲੀ ਹੌਲੀ ਹਿਲਾਉਣਾ। ਜੇ ਤੁਸੀਂ ਇੱਕੋਦਮ ਸਾਰਾ ਸਿੱਟ ਦਿੰਦੇ ਹੋ ਤਾਂ ਇਹਦੇ ਵਿੱਚ ਗੱਠ ਪੈ ਜਾਂਦੀ ਹੈ। ਨਾਲ ਦੀ ਨਾਲ ਹਿਲਾਈ ਚੱਲੋ, ਨਾਲ ਦੀ ਨਾਲ ਪਾਈ ਚੱਲੋ। ਹਾਂਜੀ, ਹੁਣ ਤੁਸੀਂ ਇਸ ਨੂੰ ਚਲਾਈ ਜਾਓ, ਕਿਉਂਕਿ ਦਾਖਾਂ ਥੋੜ੍ਹੀਆਂ ਜਿਹੀਆਂ ਸਖ਼ਤ ਹੁੰਦੀਆਂ ਨੇ, ਇਹਨਾਂ ਨੂੰ ਤੁਸੀਂ ਕਸਟਰਡ ਦੇ ਨਾਲ ਹੀ ਇਹਦੇ ਵਿੱਚ ਪਾ ਦਿਓ, ਥੋੜ੍ਹੀਆਂ ਫੁੱਲ ਜਾਣਗੀਆਂ। ਚਲੋ ਜੀ, ਹੁਣ ਇਸ ਨੂੰ ਤੁਸੀਂ ਲੋਅ ਫਲੇਮ 'ਤੇ ਪਕਾਉਂਦੇ ਰਹੋ ਥੋੜ੍ਹਾ ਥੋੜ੍ਹਾ। ਦੇਖੋ ਇਹ ਗਾੜਾ ਹੋਣਾ ਸ਼ੁਰੂ ਹੋ ਗਿਆ, ਬਸ 2-4 ਮਿੰਟ ਦੇ ਵਿੱਚ ਇਹਨੇ ਪੱਕ ਜਾਣਾ। ਜਦੋਂ ਇਹ ਪੱਕ ਗਿਆ, ਇਹਨੂੰ ਠੰਡਾ ਕਰਨ ਲਈ ਅਸੀਂ ਬਰਫ਼ ਪਾ ਕੇ ਰੱਖੀ ਹੋਈ ਆ ਭਾਂਡੇ ਦੇ ਵਿੱਚ, ਉਸ ਠੰਡੇ ਪਾਣੀ ਦੇ ਵਿੱਚ ਰੱਖ ਦੇਣਾ। ਜਦੋਂ ਠੰਡਾ ਹੋ ਜੂਗਾ ਬਾਕੀ ਦਾ ਮਟੀਰੀਅਲ ਇਹਦੇ ਵਿੱਚ ਫਰੂਟ ਵਗੈਰਾ ਫਿਰ ਐਡ ਕਰਾਂਗੇ, ਉਹ ਤੁਹਾਨੂੰ ਫਿਰ ਦਿਖਾਉਂਦੇ ਹਾਂ। ਹਾਂਜੀ, ਹੁਣ ਸਾਡਾ ਕਸਟਰਡ ਬਿਲਕੁਲ ਤਿਆਰ ਹੋ ਗਿਆ, ਗਾੜਾ ਹੋ ਚੁੱਕਿਆ। ਹੁਣ ਅਸੀਂ ਇਸਨੂੰ ਠੰਡਾ ਆਉਣ ਲਈ ਰੱਖਾਂਗੇ, ਬਾਕੀ ਇਸਦੀ ਤਿਆਰੀ ਕਰਾਂਗੇ। ਗੈਸ ਨੂੰ ਬੰਦ ਕਰ ਦਿਓ। ਹਾਂਜੀ, ਕਸਟਰਡ ਅਸੀਂ ਠੰਡਾ ਹੋਣ ਲਈ ਰੱਖ ਦਿੱਤਾ, ਹੁਣ ਅਸੀਂ ਤਿਆਰੀ ਕਰਦੇ ਹਾਂ। ਜਿਹੜੇ ਇਹਦੇ ਵਿੱਚ ਫਰੂਟ ਪਾਉਣੇ ਨੇ, ਅੰਗੂਰ ਨੇ, ਅਨਾਰਦਾਣਾ, ਐਪਲ ਆ, ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਕੋਈ ਵੀ ਫਰੂਟ ਪਾ ਸਕਦੇ ਹੋ, ਪਰ ਜਿਨ੍ਹਾਂ ਦੇ ਵਿੱਚ ਰਸ ਹੁੰਦਾ ਉਹ ਫਰੂਟ ਤੁਸੀਂ ਨਹੀਂ ਪਾ ਸਕਦੇ। ਇਹਦੇ ਵਿੱਚ ਕੇਲਾ ਵੀ ਪਾ ਸਕਦੇ ਹੋ, ਪਪਾਇਆ ਵੀ ਪਾ ਸਕਦੇ ਹੋ। ਹੁਣ ਅਸੀਂ ਇਹ ਐਪਲ ਛਿੱਲ ਕੇ ਕੱਦੂਕਸ ਕਰਕੇ ਪਾਉਣਾ, ਕਈ ਲੋਕ ਇਹਨੂੰ ਕੱਟ ਕੇ ਪਾ ਦਿੰਦੇ ਨੇ, ਪਰ ਜਦੋਂ ਵੀ ਤੁਸੀਂ ਇਹਨੂੰ ਕੱਦੂਕਸ ਕਰਕੇ ਪਾਓਗੇ ਤਾਂ ਇਹ ਤੁਹਾਡਾ ਕਸਟਰਡ ਬਹੁਤ ਵਧੀਆ ਲੱਗੂਗਾ। ਐਪਲ ਨੂੰ ਤੁਸੀਂ ਮੋਟੇ ਪਾਸੇ ਨਾਲ ਕੱਦੂਕਸ ਕਰਨਾ। ਐਪਲ ਪਹਿਲਾਂ ਕੱਦੂਕਸ ਤਾਂ ਨਹੀਂ ਕਰੀਦਾ ਕਿਉਂਕਿ ਇਹਦੇ 'ਚ ਆਇਰਨ ਬਹੁਤ ਜ਼ਿਆਦਾ ਹੁੰਦਾ, ਇਹ ਕਾਲਾ ਹੋ ਜਾਂਦਾ ਬਿਲਕੁਲ ਪਿਆ ਪਿਆ। ਬਾਕੀ ਤੁਸੀਂ ਇਹਦੇ ਵਿੱਚ ਕੇਲਾ ਵੀ ਐਡ ਕਰ ਸਕਦੇ ਹੋ, ਇਸਨੂੰ ਬਰੀਕ ਬਰੀਕ ਪਾਰਟ ਵਿੱਚ ਕੱਟ ਲਓ। ਹਾਂਜੀ, ਤੁਸੀਂ ਕਸਟਰਡ ਵਿੱਚ ਅਨਾਰਦਾਣਾ, ਅੰਗੂਰ, ਜੇ ਅੰਗੂਰ ਤੁਹਾਡੇ ਮੋਟੇ ਨੇ ਤਾਂ ਇਹਨਾਂ ਨੂੰ ਕੱਟ ਕੇ ਬਰੀਕ ਕਰ ਲਓ, ਕੇਲਾ ਅਤੇ ਐਪਲ ਫਰੂਟ ਪਾਉਣੇ ਨੇ ਉਹਦੇ ਵਿੱਚ ਜਦੋਂ ਠੰਡਾ ਹੋ ਗਿਆ ਬਿਲਕੁਲ। ਹਾਂਜੀ, ਹੁਣ ਸਾਡਾ ਕਸਟਰਡ ਠੰਡਾ ਹੋ ਗਿਆ, ਇਸ ਨੂੰ ਇੱਕ ਬਾਉਲ ਵਿੱਚ ਕੱਢ ਲਓ। ਜਿੰਨੇ ਫਰੂਟ ਨੇ ਤੁਹਾਡੇ ਉਹ ਤੁਸੀਂ ਇਹਦੇ ਵਿੱਚ ਐਡ ਕਰ, ਫਰੂਟਾਂ ਨਾਲ ਇਹਦਾ ਟੇਸਟ ਬਹੁਤ ਵਧੀਆ ਹੁੰਦਾ। ਹੁਣ ਸਾਡਾ ਕਸਟਰਡ ਤਿਆਰ ਹੋ ਗਿਆ, ਹੁਣ ਅਸੀਂ ਇਸ ਨੂੰ 1/2 ਘੰਟੇ ਲਈ ਫਰਿੱਜ ਦੇ ਵਿੱਚ ਰੱਖਾਂਗੇ। ਫਰਿੱਜ ਵਿੱਚ ਰੱਖਣਾ ਹੈ, ਫ੍ਰੀਜ਼ਰ ਦੇ ਵਿੱਚ ਨਹੀਂ ਰੱਖਣਾ। 1/2 ਘੰਟੇ ਬਾਅਦ ਬਿਲਕੁਲ ਇਹ ਵਧੀਆ ਹੋ ਜਾਊਗਾ ਠੰਡਾ, ਅਤੇ ਫਿਰ ਇਹਨੂੰ ਖਾਵਾਂਗੇ। ਇਹਨੂੰ ਫਰਿੱਜ ਵਿੱਚ ਰੱਖ ਕੇ ਥੋੜ੍ਹਾ ਜਿਹਾ ਢੱਕ ਦਿਓ। ਚਲੋ ਜੀ, ਹੁਣ ਸਾਡਾ ਕਸਟਰਡ ਤਿਆਰ ਹੋ ਗਿਆ, ਠੰਡਾ ਹੋਣ ਤੋਂ ਬਾਅਦ 'ਚ ਅਸੀਂ ਸਾਰੀ ਫੈਮਿਲੀ ਨੂੰ ਖਵਾਵਾਂਗੇ, ਫਿਰ ਉਹ ਟੇਸਟ ਦੱਸਣਗੇ ਵੀ ਕਿੱਦਾਂ ਦਾ ਬਣਿਆ। ਸੋ ਹੋ ਗਿਆ ਜੀ ਰਾਤ, ਹੁਣ ਆ ਗਿਆ ਟਾਈਮ ਕਸਟਰਡ ਐਪਲ ਖਾਣ ਦਾ, ਅਤੇ ਸਾਰਾ ਟੱਬਰ ਤਿਆਰ ਬਰ ਤਿਆਰ ਬੈਠਾ। ਚਾਚਾ ਛਾ ਬੈਠਾ, ਮੈਂ ਦੇਖਿਆ ਹੀ ਨਹੀਂ ਚਾਚਾ, ਲੋਕ ਕਹਿੰਦੇ ਰਹਿੰਦੇ ਆ ਚਾਚੇ 'ਤੇ ਵੀਡੀਓ ਬਣਾਓ। ਹਾਂਜੀ ਮੰਮੀ, ਕਸਟਰਡ ਆਪਣਾ ਹੋ ਗਿਆ ਤਿਆਰ, ਹੁਣ ਸਾਰੇ ਖਾਣ ਲਈ ਬੈਠ ਗਏ।
ਲੋਕਾਂ ਨੇ ਕਹਿਣਾ ਇਸਦਾ ਕਲਰ ਪੀੜਾ ਕਿਉਂ ਨਹੀਂ ਹੈਗਾ ਕਲਰ ਇਸਦਾ ਪੀੜਾ ਇਸ ਕਰਕੇ ਨਹੀਂ ਹੈਗਾ ਕਿਉਂਕਿ ਅਸੀਂ ਇਹਦੇ ਵਿੱਚ ਬਦਾਮ ਗ੍ਰੈਂਡ ਕਰਕੇ ਪਾਏ ਹੋਏ ਨੇ ਇਸ ਕਰਕੇ ਉਹ ਥੋੜ੍ਹਾ ਕ੍ਰੀਮੀ ਕ੍ਰੀਮੀ ਹੋ ਜਾਂਦਾ ਲਓ ਜੀ ਸਭ ਤੋਂ ਪਹਿਲਾਂ ਰਾਜ ਦੀ ਵੱਡੀ ਕੌਲੀ ਕਹਿੰਦਾ ਮਿਲਣਾ ਆਉਂਦਾ ਵੱਡੀ ਲੈ ਲਾ ਛੋਟੀ ਲੈ ਲਾ ਰਾਜਦੀਪ ਨੇ ਤਾਂ ਰੋਟੀ ਵੀ ਨਹੀਂ ਖਾਧੀ ਖਾਧੀ ਰਾਜਦੀਪ ਖਾਧੀ ਆ ਹਾਂਜੀ ਡੈਡੀ ਫਿਰ ਕਿਵੇਂ ਲੱਗਿਆ ਬਹੁਤ ਸਵਾਦ ਲੱਗੀ ਉਧਰ ਪਕੌੜੇ ਵੀ ਖਾਧੀ ਆਪਾਂ ਨੇ ਕਚੌਰੀਆਂ ਵੀ ਖਾਧਾ ਖੋਆ ਵੀ ਮਾਰੇ ਆ ਮੇਰੀ ਸੱਸ ਨੇ ਪਤਾ ਨਹੀਂ ਮੇਰੇ ਘਰ ਵਾਲੀ ਕੀ ਖਾ ਕੇ ਜੰਮੀ ਆ ਉਹ ਇੰਨੇ ਹੁਨਰ ਨੇ ਬਹੁਤ ਜ਼ਿਆਦਾ 21 ਸਾਲਾਂ ਦੀ ਉਮਰ ਸੀਗੀ ਮੈਂ 23 ਸਾਲਾਂ ਦਾ ਸੀਗਾ ਸਾਡਾ 2 ਸਾਲਾਂ ਦਾ ਫਰਕ ਆ ਜ਼ਿਆਦਾ ਨਹੀਂ ਉਮਰ ਦਾ ਫਰਕ ਪੂਰੇ 2 ਸਾਲਾਂ ਦਾ ਇੰਨੀ ਹੁਨਰ ਆ ਰਿਹਾ ਬਹੁਤ ਜ਼ਿਆਦਾ ਖਾਵੀ ਤਾਂ ਮੈਂ ਇੱਕ ਉਨ ਕਰਿਆ ਸੀਗਾ ਪਿਛਲੇ ਜਨਮ 'ਚ ਜਿਹੜਾ ਇਹੋ ਜਿਹਾ ਪਤੀ ਮਿਲ ਗਿਆ ਜਾਂ ਇਹਨੇ ਉਲਟਾ ਗਿਆ ਨਿਕੰਮਾ ਪਤੀ ਮਿਲ ਗਿਆ ਹੋਰ ਚਾਚਾ ਜੀ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੋੜੀ ਤਾਂ ਹੁਣ ਬਣੀ ਆ ਸ਼ਗਨ ਬਾਦ ਹੋਈ ਚਾਚੀ 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 ਜੀ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਬਹੁਤ ਸਵਾਦ ਡਿਲੀਸ਼ੀਅਸ ਡਿਲੀਸ਼ੀਅਸ ਇੱਕ ਬੰਦੇ ਤੋਂ ਰਹਿ ਗਿਆ ਪੁੱਛਣਾ ਤੈਨੂੰ ਕਿਵੇਂ ਲੱਗਿਆ ਬਹੁਤ ਜ਼ਿਆਦਾ ਟੇਸਟੀ ਇਹਦਾ ਬਹੁਤ ਵਧੀਆ ਅਰਸ ਕ੍ਰੀਮ ਦਾ ਬਹੁਤ ਵਧੀਆ ਨਿਰਵੀ ਅੱਜ ਸ਼ੇਰ ਕਿਵੇਂ ਚਾਚੇ ਨੇ ਅੰਗਰੇਜ਼ੀ ਵਾਲਾ ਕਰਕੇ ਮੈਂ ਮਾਰਤਾ ਵਿੱਚ ਹੋਈ ਸਹੀ ਤੇ ਦੋ ਪੈਗ ਲੱਗੇ ਹੁੰਦੇ ਉਰਦੂ ਬੋਲਣਾ ਸੀ ਕਰੋਨਾ ਚਾਚੇ ਹੁੰਦਾ ਨੀ ਪੈਗ ਲਾਉਣ ਨੂੰ ਅਸੀਂ ਇੰਨੀ ਕਿੰਨੀ ਬਹੁਤ ਨਾ ਵਧੀਆ ਮੌਸਮ ਵਧੀਆ ਸੀ ਅੱਜ ਆਪਣੀ ਰੈਸਿਪੀ ਕੀ ਖੁਦ ਹੀ ਤਾਰੀਫ ਕਰੀ ਜਾ ਰਹੀ ਐਸੇ ਹੀ ਆਹ ਦੇਖ ਲੈ 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 ਅੱਜ ਜੂੜਾ ਕਰੀ ਸਕਦਾ ਇਹ ਦੱਸ ਵੀ ਰਾਜਦੀਪ ਆ ਰਾਜਦੀਪ ਦੀ ਭੈਣ ਆ ਕੌਲੀਆਂ ਨੀ ਖਾਣੀਆਂ ਡੈਡੀ ਕੌਲੀਆਂ ਦੇ ਪਿਛਲਾ ਮਾਲ ਔਰ ਹੁਕਮ ਹੋਇਆ ਬਈ ਬੜਾ ਜ਼ਿਆਦਾ ਸਵਾਦ ਆ ਇਕੱਲੇ ਇਕੱਲੇ ਇਨਗਰੀਡੀਐਂਟ ਬਦਾਮ ਦਾਖਾਂ ਅੰਗੂਰ ਅਨਾਰਦਾਣਾ ਸਾਰਾ ਕੁਛ ਹੀ ਕਰਸ਼ਡ ਐਪਲ ਭੱਜਿਆ ਕਰਦਾ ਹਰੇਕ ਇੱਕ ਸਪੂਨ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਸਵਾਦ ਆਉਂਦਾ ਇਹ ਰੈਸਿਪੀ ਬੜੀ ਆਪਾਂ ਨੂੰ ਤਾਂ ਵੀ ਪਸੰਦ ਆਈ ਜਿਹਾ 'ਚੋਂ 10 ਨੰਬਰ ਨੇ ਰਸ ਮਲਾਈ ਤੋਂ ਕਿਤੇ ਜ਼ਿਆਦਾ ਸਵਾਦ ਲੱਗ ਰਿਹਾ ਵਾ ਮੈਨੂੰ ਇਸ ਟਾਈਮ ਇਹ ਤੋਂ ਵਧੀਆ ਕੁਛ ਨਹੀਂ ਹੈਗਾ ਸੋ ਆਪਾਂ ਖਾ ਰਹੇ ਹਾਂ ਜੀ ਬਹੁਤ ਵਧੀਆ ਲੱਗਿਆ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਜ਼ਰੂਰ ਲਾਈਕ ਕਮੈਂਟ ਵਗੈਰਾ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਦੇ ਕਰੋ ਉਹਦੇ ਨਾਲ ਸਾਰੇ ਘਰ ਦੇ ਵਧੀਆ ਖੁਸ਼ ਹੋ ਜਾਂਦੇ ਆ ਵੀ ਹਾਂ ਤੁਹਾਨੂੰ ਇੰਨੇ ਲਾਈਕ ਆਇਆ ਅਤੇ ਕਮੈਂਟ ਥੋੜ੍ਹੇ ਜਿਹੇ ਦੇਖ ਕੇ ਅੱਗੇ ਕਰਿਆ ਕਰੋ ਵੈਸੇ ਤਾਂ 99% ਕਮੈਂਟ ਬਹੁਤ ਵਧੀਆ ਹੁੰਦੇ ਆ ਪਰ ਅੱਜ ਕੱਲ੍ਹ ਫੈਮਲੀ ਵੀ ਜਿਵੇਂ ਕਮੈਂਟ ਪੜ੍ਹਦੀ ਆ ਪਹਿਲਾਂ ਮੈਂ ਤਾਂ ਨਹੀਂ ਗਾ ਪਰ ਮੈਂ ਹੁਣ ਕਹਿ ਰਿਹਾ ਵੀ ਕਮੈਂਟ ਫੈਮਲੀ ਵੀ ਪੜ੍ਹਦੀ ਆ ਸੋ ਜੇ ਤੁਹਾਡੇ ਜੇ ਕਦੇ ਕਿਸੇ ਨੂੰ ਨੈਗੇਟਿਵ ਥੋਟ ਆਉਂਦਾ
ਤਾਂ ਆਪਣੇ ਕੋਲ ਹੀ ਰੱਖ ਲਿਆ ਕਰੋ, ਸਿਰਫ ਪੋਜ਼ਿਟਿਵ ਕਮੈਂਟ ਹੀ ਕਰਿਆ ਕਰੋ। ਥੈਂਕ ਯੂ ਸੋ ਮੱਚ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤੁਸੀਂ ਬਣਾ ਕੇ ਜ਼ਰੂਰ ਖਾਓ ਜੀ, ਅਤੇ ਸਾਨੂੰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ। ਲਵ ਯੂ, ਟੇਕ ਕੇਅਰ, ਬਾਏ।